ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਸਾਰੇ ਲੋਕਾਂ ਦੇ ਕੁਐਸਚਨ ਹੁੰਦੇ ਆ ਕਿ ਆਪਾਂ ਨੌਕ CADE ਦੀ ਜੌਬ ਕਰਕੇ ਓਨਟਾਰੀਓ 'ਚ PR ਲੈ ਸਕਦੇ ਹਾਂ। ਗਾਇਜ਼, ਉਹਦਾ ਆਂਸਰ ਹੈਗਾ ਯੈਸ। ਤੁਸੀਂ ਓਨਟਾਰੀਓ ਵਿੱਚ ਵੀ ਕਈ ਓਕੂਪੇਸ਼ਨਸ 'ਚ ਕੰਮ ਕਰਕੇ ਆਪਣੀ PR ਲਾ ਸਕਦੇ ਹੋ। ਜੇ ਤੁਸੀਂ ਵਿਦ ਇਨ GTA ਜਾਂ ਆਊਟਸਾਈਡ GTA ਜੌਬ ਕਰ ਰਹੇ ਹੋ, ਆ ਸਾਰੀ ਓਕੂਪੇਸ਼ਨਸ ਦੇ ਵਿੱਚ ਤੁਸੀਂ ਆਪਣੀ PR ਲਾ ਸਕਦੇ ਹੋ। ਇਹਦੇ ਅੰਡਰ ਨਰਸ ਏਡਸ, ਹੋਮ ਸਪੋਰਟ ਵਰਕਰ, ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਇੰਸਟਾਲਰ, ਟਰੱਕ ਡਰਾਈਵਰਸ, ਕੰਸਟਰਕਸ਼ਨ ਟ੍ਰੇਡ ਹੈਲਪਰਸ, ਫਾਰਮ ਵਰਕਰਸ, ਇਹ ਸਾਰੀ ਜੋਬਸ ਆ ਜਾਂਦੀ ਆ। ਅਤੇ ਜੇ ਆਪਾਂ ਆਊਟਸਾਈਡ GTA ਦੀ ਗੱਲ ਕਰੀਏ, ਆ ਸਾਰੀ ਜੋਬਸ ਦੇ ਵਿੱਚ ਤੁਸੀਂ ਆਊਟਸਾਈਡ GTA ਕੰਮ ਕਰਕੇ ਆਪਣੀ PR ਲਾ ਸਕਦੇ ਹੋ। ਇਹਨਾਂ ਜੋਬਸ ਦੇ ਨਾਲ ਨਾਲ ਤੁਹਾਡੇ ਇੰਪਲੋਇਰ ਨੂੰ ਤੁਹਾਨੂੰ ਸਪੋਰਟ ਕਰਨਾ ਚਾਹੀਦਾ। ਜੇ ਤੁਸੀਂ ਵਿਦ ਇਨ GTA ਕੰਮ ਕਰ ਰਹੇ ਹੋ, ਤੁਹਾਡੀ ਕੰਪਨੀ ਦਾ ਰੈਵੇਨਿਊ $1 million ਪਲੱਸ 5 ਪਰਮਾਨੈਂਟ ਰੈਜ਼ੀਡੈਂਟ ਜਾਂ ਕੈਨੇਡੀਅਨ ਸਿਟੀਜ਼ਨ ਕੰਮ ਕਰਨੇ ਹੋਣੇ ਚਾਹੀਦੇ। ਇਸ ਤੋਂ ਇਲਾਵਾ ਜੇ ਤੁਹਾਡੀ ਕੰਪਨੀ ਆਊਟਸਾਈਡ GTA ਹੈਗੀ, ਤੇ ਕੰਪਨੀ ਦਾ ਰੈਵੇਨਿਊ $5 lakh ਪਲੱਸ 3 PR ਤੇ ਕੈਨੇਡੀਅਨ ਸਿਟੀਜ਼ਨ ਕੰਮ ਕਰਨੇ ਹੋਣੇ ਚਾਹੀਦੇ ਨੇ। ਜੇ ਤੁਹਾਨੂੰ ਇਨ ਡਿਮਾਂਡ ਸਕਿੱਲ ਬਾਰੇ ਕੋਈ ਵੀ ਕੁਐਸਚਨ ਹੈਗਾ, ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਜੌਬ ਦੇ ਵਿੱਚ ਕੰਮ ਕਰ ਰਹੇ ਹੋ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਆਪਾਂ ਤੁਹਾਨੂੰ ਕੰਪਲੀਟ ਪ੍ਰੋਸੈਸ ਐਕਸਪਲੇਨ ਕਰ ਸਕਦੇ ਹਾਂ। ਥੈਂਕ ਯੂ।